ਦੀ ਚਰਚਾ ਦਾ ਵਿਸ਼ਾ ਹੈ ਖੇਤਰੀ ਏਕੀਕਰਨ ਯੂਰਪੀ ਯੂਨੀਅਨ ਰੀਜਨਲ ਇੰਟੀਗ੍ਰੇਸ਼ਨ ਇਨ ਸਟੱਡੀ ਆਫ ਯੂਰਪੀਅਨ ਯੂਨੀਅਨ ਦੂਸਰੀ ਵਿਸ਼ਵ ਜੰਗ ਦੇ ਖਾਤਮੇ ਤੋਂ ਬਾਅਦ ਵਿਸ਼ਵ ਰਾਜਨੀਤੀ ਵਿੱਚ ਕੁਝ ਨਵੀਆਂ ਧਾਰਨਾਵਾਂ ਅਤੇ ਟ੍ਰੈਂਡਸ ਆਏ ਜਿਵੇਂ ਕਿ ਖੇਤਰੀ ਜਾਂ ਕੰਟੀਨੈਂਟਲ ਪੱਧਰ ਤੇ ਖੇਤਰੀ ਸਹਿਯੋਗ ਦਾ ਵਧਣਾ ਅਤੇ ਖੇਤਰੀ ਸੰਗਠਨਾਂ ਦਾ ਹੋਂਦ ਵਿੱਚ ਆਉਣਾ ਮੌਜੂਦਾ ਸਮੇਂ ਵਿੱਚ ਪੂਰੇ ਸੰਸਾਰ ਵਿੱਚ ਖੇਤਰੀ ਸਹਿਯੋਗ ਵਧ ਰਿਹਾ ਹੈ ਅਤੇ ਹਰ ਖਿੱਤੇ ਵਿੱਚ ਖੇਤਰੀ ਸੰਗਠਨ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ ਜਿਵੇਂ ਕਿ ਯੂਰਪ ਵਿੱਚ ਯੂਰਪੀ ਯੂਨੀਅਨ ਉੱਤਰੀ ਅਮਰੀਕਾ ਵਿੱਚ ਨਾਫਟਾ ਅਫਰੀਕਾ ਵਿੱਚ ਅਫਰੀਕੀ ਸੰਘ ਅਤੇ ਏਸ਼ੀਆ ਵਿੱਚ ਆਸ਼ੀਆਨ ਅਤੇ ਸਾਰਕ ਆਦਿ ਖੇਤਰਵਾਦ ਨੂੰ ਪ੍ਰਭਾਸ਼ਿਤ ਕਰਨਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਇਹ ਇੱਕ ਗਤੀਸ਼ੀਲ ਧਾਰਨਾ ਹੈ ਕ੍ਰਿਸਚੀਅਨ ਸੇ ਅਨੁਸਾਰ ਰੀਜਨਲਿਜ਼ਮ ਇਜ਼ ਦੀ ਡਿਵੈਲਪਮੈਂਟ ਆਫ ਇੰਸਟੀਟਿਊਸ਼ਨਲਾਈਜ਼ਡ ਕੋਆਪਰੇਸ਼ਨ ਅਮੰਗ ਸਟੇਟਸ ਐਂਡ ਅਦਰ ਐਕਟਰਸ ਔਨ ਦੀ ਬੇਸਿਸ ਆਫ ਰੀਜਨਲ ਕੰਟੀਗਿਟੀ ਐਜ਼ ਏ ਫੀਚਰ ਆਫ ਗਲੋਬਲ ਪੋਲੀਟਿਕਸ ਬੇਨ ਰੋਜ਼ਾਮੌਂਟ ਨੇ ਵੀ ਖੇਤਰੀ ਏਕੀਕਰਨ ਨੂੰ ਪ੍ਰਭਾਸ਼ਿਤ ਕੀਤਾ ਹੈ ਉਸ ਅਨੁਸਾਰ ਟੈਰੀਟੋਰੀਅਲ ਰੀਜਨਲ ਇੰਟੀਗ੍ਰੇਸ਼ਨ ਇਜ਼ ਦੀ ਪ੍ਰੋਸੈਸ ਬਾਏ ਵਿੱਚ ਸਟੇਟਸ ਇਨ ਪਾਰਟੀਕੁਲਰ ਰੀਜਨਸ ਆਫ ਦੀ ਵਰਲਡ ਬ੍ਰਿੰਗ ਟੁਗੈਦਰ ਆਸਪੈਕਟਸ ਆਫ ਦੇਅਰ ਇਕੋਨਮੀਜ ਐਜ਼ ਵੈਲ ਐਜ਼ ਦੇਅਰ ਪੋਲੀਟੀਸ ਹੁਣ ਜਦੋਂ ਅਸੀਂ ਖੇਤਰੀ ਏਕੀਕਰਨ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਕਈ ਹੋਰ ਧਾਰਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ਖੇਤਰੀ ਸਹਿਯੋਗ ਖੇਤਰੀ ਸੰਗਠਨ ਖੇਤਰੀ ਪ੍ਰਣਾਲੀਆਂ ਅਤੇ ਖੇਤਰਵਾਦ ਆਦਿ ਯੂਰਪੀ ਏਕੀਕਰਨ ਅਧਿਐਨ ਯੂਰਪੀ ਇੰਟੀਗ੍ਰੇਸ਼ਨ ਸਟੱਡੀਜ਼ ਅਤੇ ਨਿਊ ਫੰਕਸ਼ਨਲਿਜ਼ਮ ਦੇ ਮੁੱਢਲੇ ਲੇਖਕਾਂ ਵਿੱਚੋਂ ਇੱਕ ਅਰਨੈਸਟ ਵੀ ਹੌਸ ਨੇ ਆਪਣੀ ਬੁੱਕ ਦੀ ਯੂਨਾਈਟਿੰਗ ਆਫ ਯੂਰਪ ਜੋ ਕਿ 1958 ਵਿੱਚ ਪਬਲਿਸ਼ ਹੋਈ ਵਿੱਚ ਖੇਤਰੀ ਏਕੀਕਰਨ ਅਤੇ ਖੇਤਰੀ ਸਹਿਯੋਗ ਵਿੱਚ ਸਮਾਨਤਾਵਾਂ ਸਿਮਿਲੈਰਟੀਜ਼ ਅਤੇ ਅਸਮਾਨਤਾਵਾਂ ਡਿਸਿਮਿਲੈਰਟੀਜ਼ ਦੱਸੀਆਂ ਹਨ ਕੁੱਲ ਮਿਲਾ ਕੇ ਖੇਤਰੀ ਏਕੀਕਰਨ ਦੀ ਪ੍ਰਕਿਰਿਆ ਵਿੱਚ ਮੁੱਢਲੇ ਆਰਥਿਕ ਸਹਿਯੋਗ ਤੋਂ ਲੈ ਕੇ ਰਾਜਨੀਤਿਕ ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਨੰਬਰ 2 ਯੂਰਪੀ ਏਕੀਕਰਨ ਯੂਰਪੀ ਇੰਟੀਗ੍ਰੇਸ਼ਨ ਯੂਰਪੀ ਏਕੀਕਰਨ ਨੂੰ 20ਵੀਂ ਸਦੀ ਦੇ ਸਭ ਤੋਂ ਜ਼ਿਆਦਾ ਸਫਲ ਖੇਤਰੀ ਏਕੀਕਰਨ ਪ੍ਰੋਜੈਕਟਸ ਵਿੱਚ ਰੱਖਿਆ ਜਾ ਸਕਦਾ ਹੈ ਯੂਰਪੀ ਏਕੀਕਰਨ ਵਿੱਚ ਯੂਰਪੀ ਰਾਜਾਂ ਦੇ ਰਾਜਨੀਤਿਕ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੇਕਰ ਅਸੀਂ ਨਵੇਂ ਖੇਤਰਵਾਦ ਜਾਣੀ ਕਿ ਨਿਊ ਰੀਜਨਲਿਜ਼ਮ ਅਤੇ ਡੀਪ ਰੀਜਨਲਿਜ਼ਮ ਦੀ ਗੱਲ ਕਰਨੀ ਹੋਵੇ ਤਾਂ ਯੂਰਪੀ ਏਕੀਕਰਨ ਤੋਂ ਵਧੀਆ ਐਗਜ਼ਾਮਪਲ ਹੋਰ ਕੋਈ ਨਹੀਂ ਮਿਲਦੀ ਖਾਸ ਕਰਕੇ ਸ਼ੀਤ ਯੁੱਧ ਤੋਂ ਬਾਅਦ ਦੇ ਦਹਾਕੇ ਵਿੱਚ ਯੂਰਪੀ ਏਕੀਕਰਨ ਦੀ ਮੁਹਿੰਮ ਬਹੁਤ ਹੀ ਮਜ਼ਬੂਤ ਅਤੇ ਤੇਜ਼ ਹੋ ਗਈ ਹੈ ਹੁਣ ਇਸ ਦੇ ਵਿੱਚ ਕੇਵਲ ਇੰਟਰ ਗਵਰਨਮੈਂਟਲ ਫੈਕਟਰਸ ਹੀ ਨਹੀਂ ਆ ਜਾਂਦੇ ਜਦਕਿ ਯੂਰਪੀ ਸੰਘ ਦੇ ਦਿਨੋ ਦਿਨ ਵੱਧ ਰਹੇ ਰੋਲ ਕਾਰਨ ਅਤੇ ਯੂਰਪੀ ਰਾਜਾਂ ਦੇ ਦਿਨੋ ਦਿਨ ਘੱਟ ਰਹੇ ਰੋਲ ਕਾਰਨ ਇਸ ਵਿੱਚ ਸੁਪਰਾ ਨੈਸ਼ਨਲ ਅਤੇ ਨਾਲ ਦੀ ਨਾਲ ਹੀ ਟਰਾਂਸ ਨੈਸ਼ਨਲ ਐਲੀਮੈਂਟਸ ਵੀ ਆ ਗਏ ਹਨ ਇਸ ਕਰਕੇ ਹੀ ਯੂਰਪੀ ਸੰਘ ਨੂੰ 20ਵੀਂ ਸਦੀ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਕਿਹਾ ਜਾ ਸਕਦਾ ਹੈ ਨੰਬਰ 3 ਯੂਰਪੀ ਸੰਘ ਦਾ ਵਿਕਾਸ ਐਵੋਲੂਸ਼ਨ ਆਫ ਯੂਰਪੀਅਨ ਯੂਨੀਅਨ ਯੂਰਪ ਵਿੱਚ ਏਕਤਾ ਲਿਆਉਣ ਦੀ ਲਹਿਰ 20ਵੀਂ ਸਦੀ ਦੀਆਂ ਬਹੁਤ ਹੀ ਮਹੱਤਵਪੂਰਨ ਲਹਿਰਾਂ ਵਿੱਚੋਂ ਇੱਕ ਹੈ ਯੂਰਪੀ ਏਕਤਾ ਲਹਿਰ ਨੂੰ ਅਗਾਂਹ ਵਧਾਉਣ ਲਈ ਜੋ ਭੂਮਿਕਾ ਫਰਾਂਸ ਨੇ ਅਦਾ ਕੀਤੀ ਹੈ ਉਹੀ ਕੁਝ ਕਮਿਊਨਿਸਟ ਲਹਿਰ ਵਿੱਚ ਕੀਤੀ ਗਈ ਸੋਵੀਅਤ ਯੂਨੀਅਨ ਯਾਨੀ ਕਿ USSR ਦੀ ਭੂਮਿਕਾ ਨਾਲ ਮਿਲਦੀ ਜੁਲਦੀ ਹੈ ਇਹ ਦੋਨੇ ਹੀ ਲਹਿਰਾਂ ਕੌਮੀ ਵਿਵਸਥਾ ਦਾ ਉਲੰਘਣ ਕਰਨ ਅਤੇ ਏਕਤਾ ਵੱਧ ਅਕਹਿਰੀ ਰਾਜਸੀ ਵਿਵਸਥਾ ਨੂੰ ਅਸਟੈਬਲਿਸ਼ ਕਰਨ ਤੇ ਸੇਧ ਦੇਣ ਵਾਲੀਆਂ ਹਨ ਪਹਿਲੀ ਲਹਿਰ ਸਮੁੱਚੇ ਯੂਰਪ ਨੂੰ ਕਲਾਵੇ ਵਿੱਚ ਲੈਣਾ ਚਾਹੁੰਦੀ ਸੀ ਅਤੇ ਦੂਸਰੀ ਸਮੁੱਚੇ ਸੰਸਾਰ ਨੂੰ ਆਪਣਾ ਨਿਸ਼ਾਨਾ ਰੱਖਦੀ ਸੀ ਬਹਰਹਾਲ ਦੋਨਾਂ ਹੀ ਲਹਿਰਾਂ ਵਿੱਚ ਰੂਪ
ਅਤੇ ਅੰਤਰ ਵਸਤੂ ਵਜੋਂ ਇੰਨਾ ਬਖਰੇਵਾਂ ਸੀ ਕਿ ਦੂਸਰੀ ਵੱਡੀ ਜੰਗ ਤੋਂ ਬਾਅਦ ਇੱਕ ਦੂਜੇ ਦੀਆਂ ਕੱਟੜ ਵਿਰੋਧੀ ਬਣ ਗਈਆਂ। ਯੂਰਪੀ ਲਹਿਰ ਦਾ ਮੁੱਖ ਨਿਸ਼ਾਨਾ ਪੱਛਮੀ ਦੇਸ਼ਾਂ ਵਿੱਚ ਨਿਰੰਤਰ ਹੁੰਦੇ ਝਗੜਿਆਂ ਜਾਣੀ ਕਿ ਆਰਮਨ ਕਨਫਲਿਕਟਸ ਨੂੰ ਖਤਮ ਕਰਨਾ ਅਤੇ ਸੁਰੱਖਿਆ ਅਤੇ ਅਰਥ ਵਿਵਸਥਾ ਨੂੰ ਜਾਣੀ ਕਿ ਯੂਰਪੀਅਨ ਇਕਾਨਮੀ ਨੂੰ ਮੁੜ ਤੋਂ ਖੜਾ ਕਰਨਾ ਸੀ। ਪਹਿਲੀ ਵੱਡੀ ਜੰਗ ਦੇ ਖਾਤਮੇ ਤੇ ਫਰਾਂਸ ਨੇ ਖਾਸ ਕਰਕੇ ਇਹ ਮਹਿਸੂਸ ਕਰ ਲਿਆ ਸੀ ਕਿ ਘੱਟੋ ਘੱਟ ਯੂਰਪੀਆਂ ਲਈ ਅਤੇ ਯੂਰਪੀਅਨ ਰਾਜਾਂ ਲਈ ਕੌਮੀ ਰਾਜ ਦਾ ਸੰਕਲਪ ਹੁਣ ਲਾਭਦਾਇਕ ਨਹੀਂ ਰਿਹਾ। ਯੂਰਪ ਦੇ ਪਤਨ ਨੂੰ ਰੋਕਣ ਲਈ ਯੂਰਪ ਦੀ ਅਤੇ ਯੂਰਪ ਦੀ ਏਕਤਾ ਦੇ ਵਿਚਾਰ ਨੂੰ 1925 ਵਿੱਚ ਫਰਾਂਸ ਦੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਕਲੇਰਗੀ ਨੇ ਸਭ ਤੋਂ ਪਹਿਲਾਂ ਪੇਸ਼ ਕੀਤਾ ਸੀ। ਐਡੋਨਾਰਡ ਹੈਰੀਓਟ ਨੇ ਵੀ ਆਪਣੇ ਜੀਵਨ ਵਿੱਚ ਏਕਤਾ ਵੱਧ ਯੂਰਪ ਨੂੰ ਵੇਖਣ ਦੀ ਇੱਛਾ ਪ੍ਰਗਟ ਕੀਤੀ ਸੀ। ਬਾਅਦ ਵਿੱਚ ਫਰਾਂਸ ਦੇ ਪ੍ਰਧਾਨ ਮੰਤਰੀ ਅਤੇ ਜਰਮਨੀ ਦੇ ਚਾਂਸਲਰ ਨੇ ਵੀ ਇਸ ਵਿਚਾਰ ਦੀ ਪ੍ਰੋੜਤਾ ਕੀਤੀ ਸੀ। ਪਰ ਇਹ ਲਹਿਰ ਜੰਗ ਦੌਰਾਨ ਬਰਤਾਨਵੀ ਵਿਰੋਧਤਾ ਅਤੇ ਇਟਲੀ ਤੇ ਜਰਮਨੀ ਵਿੱਚ ਨਾਜ਼ੀਵਾਦ ਅਤੇ ਫਾਸ਼ੀਵਾਦ ਦੇ ਉਭਰਨ ਕਰਕੇ ਸਫਲ ਨਹੀਂ ਹੋ ਸਕੀ। ਦੂਸਰੀ ਵੱਡੀ ਜੰਗ ਦੀ ਸ਼ੁਰੂਆਤ ਅਤੇ ਗੱਠਜੋੜ ਵਾਲੇ ਜਾਣੀ ਕਿ ਜਰਮਨੀ, ਇਟਲੀ ਅਤੇ ਜਪਾਨ ਦੇਸ਼ਾਂ ਦੀ ਹਾਰ ਨੇ ਇਹ ਸਪਸ਼ਟ ਕਰ ਦਿੱਤਾ ਕਿ ਛੋਟੇ ਦੇਸ਼ਾਂ ਦੀ ਸਲਾਮਤੀ ਏਕਤਾ ਵਿੱਚ ਹੀ ਹੈ। ਯੂਰਪੀ ਦੇਸ਼ ਯੂਰਪ ਨੂੰ ਕੌਮੀ ਹੱਦਾਂ ਤੋਂ ਉੱਚੀ ਇਕਾਈ ਬਣਾਉਣ ਦੇ ਜ਼ਬਰਦਸਤ ਹਮਾਇਤੀ ਬਣ ਗਏ। ਹੁਣ ਇਹਦੀ ਹਿਸਟੋਰੀਕਲ ਪ੍ਰੋਗਰੈਸ ਵਿੱਚ ਨੂੰ ਕਈ ਪਾਰਟਸ ਵਿੱਚ ਵੰਡਿਆ ਜਾ ਸਕਦਾ ਹੈ। ਨੰਬਰ ਏ, ਮਾਰਸ਼ਲ ਯੋਜਨਾ, ਮਾਰਸ਼ਲ ਪਲਾਨ। ਇਸ ਸੋਚ ਵਿੱਚ ਪਹਿਲਾ ਵੱਡਾ ਕਦਮ ਆਰਥਿਕ ਪੁਨਰ ਉਸਾਰੀ ਅਤੇ ਸਹਿਯੋਗ ਲਈ ਯੂਰਪ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਇਸ ਅਮਰੀਕੀ ਯੋਜਨਾ ਨੂੰ ਪੱਛਮੀ ਯੂਰਪ ਦੇ ਉੱਪਰ ਅਮਰੀਕਾ ਦੀ ਸਰਦਾਰੀ ਜਾਣੀ ਕਿ ਹੈਜਮਨੀ ਨੂੰ ਕਾਇਮ ਕਰਨ ਵਾਲੀ ਸੋਚ ਵਜੋਂ ਵੇਖਿਆ ਗਿਆ ਸੀ। ਪਰ ਇਸ ਨੇ ਯੂਰਪ ਨੂੰ ਆਰਥਿਕ ਖੇਤਰ ਵਿੱਚ ਦੂਸਰੀ ਵੱਡੀ ਜੰਗ ਤੋਂ ਬਾਅਦ ਪੱਕੇ ਪੈਰੀ ਖੜੇ ਹੋਣ ਵਿੱਚ ਮਦਦ ਕੀਤੀ ਸੀ ਅਤੇ ਅੰਤ ਤੇ ਯੂਰਪ ਨੂੰ ਦੋ ਭਾਗਾਂ ਵਿੱਚ ਜਾਣੀ ਕਿ ਪੂਰਬੀ ਯੂਰਪ ਜੋ ਕਿ ਕਮਿਊਨਿਸਟ ਸੋਵੀਅਤ ਸੰਘ ਦੇ ਪ੍ਰਭਾਵ ਹੇਠ ਆ ਗਿਆ ਸੀ ਅਤੇ ਪੱਛਮੀ ਯੂਰਪ ਜੋ ਕਿ ਅਮਰੀਕਾ ਦੇ ਪੂੰਜੀਵਾਦੀ ਆਈਡੀਓਲੋਜੀ ਦੇ ਪ੍ਰਭਾਵ ਹੇਠ ਸੀ ਵਿੱਚ ਵੰਡ ਦਿੱਤਾ ਸੀ। ਮਾਰਸ਼ਲ ਯੋਜਨਾ ਤੋਂ ਸਹਾਇਤਾ ਪ੍ਰਾਪਤ ਕਰਨ ਵਾਲੇ 16 ਗੈਰ ਕਮਿਊਨਿਸਟ ਪੱਛਮੀ ਯੂਰਪੀਅਨ ਮੁਲਕਾਂ ਨੇ ਅਮਰੀਕਾ ਦੇ ਸੁਝਾਅ ਤੇ 15 ਅਪ੍ਰੈਲ 1948 ਨੂੰ ਯੂਰਪੀ ਆਰਥਿਕ ਸਹਿਯੋਗ ਦੀ ਸਿਰਜਣਾ ਕੀਤੀ ਸੀ। ਇਸ ਵਿੱਚ ਆਸਟਰੀਆ, ਬੈਲਜੀਅਮ, ਡੈਨਮਾਰਕ, ਬਰਤਾਨੀਆ, ਫਰਾਂਸ, ਯੂਨਾਨ, ਆਇਰਲੈਂਡ, ਇਟਲੀ, ਨੀਦਰਲੈਂਡ, ਲਗਜ਼ਮਬਰਗ, ਪੁਰਤਗਾਲ, ਸਵੀਡਨ, ਸਵਿਟਜ਼ਰਲੈਂਡ, ਤੁਰਕੀ ਅਤੇ ਪੱਛਮੀ ਜਰਮਨੀ ਸ਼ਾਮਲ ਸਨ। ਉਹਨਾਂ ਯੂਰਪੀ ਪੇਮੈਂਟ ਯੂਨੀਅਨ ਦੀ ਸਥਾਪਨਾ ਵੀ ਕੀਤੀ ਜੋ ਕਿ ਯੂਰਪੀ ਦੇਸ਼ਾਂ ਵਿੱਚ ਅਦਾਇਗੀ ਦੇ ਮਾਮਲੇ ਨਜਿੱਠਣ ਵਾਸਤੇ ਸੀ। ਏਕਤਾ ਦੀ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ ਕੌਂਸਲ ਆਫ ਯੂਰਪ ਨਾਂ ਦੀ ਇੱਕ ਆਰਗੇਨਾਈਜੇਸ਼ਨ ਦੀ ਸਥਾਪਨਾ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ 1948 ਦੀ ਮਸ਼ਹੂਰ ਬਰੂਸਲਨ ਦੀ ਸੰਧੀ ਦੁਆਰਾ 5 ਮਈ 1949 ਨੂੰ ਪੱਛਮੀ ਯੂਰਪੀਅਨ ਯੂਨੀਅਨ ਵੈਸਟਰਨ ਯੂਰਪੀਅਨ ਯੂਨੀਅਨ ਹੋਂਦ ਵਿੱਚ ਆ ਗਈ। ਜਦੋਂ ਕਿ ਰੱਖਿਆ ਦੀ ਸਮੱਸਿਆ ਨਾਟੋ ਦੁਆਰਾ ਹੱਲ ਕੀਤੀਆਂ ਜਾਣੀਆਂ ਸਨ, ਉੱਥੇ ਉਸ ਪੱਛਮੀ ਯੂਰਪੀਅਨ ਕੌਂਸਲ ਨੇ ਆਰਥਿਕ, ਸਮਾਜਿਕ, ਸੱਭਿਆਚਾਰਿਕ, ਕਾਨੂੰਨੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਸਾਂਝੇ ਮਸਲਿਆਂ ਬਾਰੇ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੁਆਰਾ ਸੰਗਠਨ ਦੇ ਮੈਂਬਰ ਮੁਲਕਾਂ ਦਰਮਿਆਨ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਸੀ। ਨੰਬਰ 20, ਯੂਰਪੀਅਨ ਪ੍ਰਤੀਕਰਮ, ਯੂਰਪੀਅਨ ਰੈਕਸ਼ਨਸ। ਯੂਰਪੀ ਅਤੇ ਅਟਲਾਂਟਿਕ ਸੰਗਠਨਾਂ ਦੇ ਅਜਿਹੇ ਤਾਣੇ ਬਾਣੇ ਦੀ ਸਥਾਪਨਾ ਨਾਲ ਇੱਕ ਅਜਿਹਾ ਵਾਤਾਵਰਨ ਐਨਵਾਇਰਮੈਂਟ ਬਣ ਗਿਆ ਸੀ ਜਿਸਨੇ ਯੂਰਪੀਆਂ ਨੂੰ ਆਪਣੇ ਅਦਾਰੇ ਅਤੇ ਆਪਣੇ ਸੰਗਠਨਾਂ ਨੂੰ ਸਥਾਪਿਤ ਕਰਨ ਲਈ ਸੋਚਣ ਨੂੰ ਲਲਚਾਇਆ ਤਾਂ ਜੋ ਉਹ ਆਪਣੀ ਪਹਿਚਾਣ ਪੈਦਾ ਕਰਨ ਅਤੇ ਵੱਡੀਆਂ ਸ਼ਕਤੀਆਂ ਤੋਂ ਆਪਣੀ ਸੁਤੰਤਰਤਾ ਮੁੜ ਪ੍ਰਾਪਤ ਕਰਨ ਦੇ ਸਮਰੱਥ ਬਣ ਸਕਣ।
पर यह शुरुआती संगठन कौमीवाद तो उतां नहीं उठ सके। यह अमरीका या बरतानिया के पूर्ण या अंशिक प्रभाव हेठ आए, इसलिए इन्हों खालस या कंप्लीट सेंस के यूरोपी नहीं कहा जा सकता। इस संबंधी दो किस्म के विचार पाए गए, नंबर एक फैडरलवाद, नंबर दो फंक्शनलवाद। पहले फैडरलवाद वाले ग्रुप का यह यकीन सी कि यूरोपी पार्लीमेंट जमहूरी लीग तो ही एक वड्डी कौम बन सकता है जो इसनू अमन का किता अते जंग नाल तबाह हुई अर्थव्यवस्थावां इकोनमीज़ नू उसारन दे समर्थ बनाउणगियां। दूसरे यानी कि फंक्शनलवाद वाले ग्रुप का यह विचार सी कि इस योजना नू जरूर तो वत महत्व दिता है, क्योंकि यूरोपी देशां तो यह उम्मीद नहीं रखी जा सकती कि वह अपनिया उन्ना कौमी अते समाजिक राजनीतिक कदरां कीमतां नू रातों रात छड्ड देणगे जिन्ना उपर उन्ना कई सदियां विच अपनी राजसी अते आर्थिक व्यवस्था उसारी है। उन्ना दा विचार सी कि यूरोप उपर किसी भी ग्रुप द्वारा संयुक्त राज ठोसन दा कोई भी जतन उल्ट सिट्टे कढेगा। रॉबर्ट शुमान, जीन मोनेट, गास्पोरी, वहान अते कुनार्ड एडनूर उपरोक्त विचार दे समर्थक सन। आर्थिक, राजनीतिक अते फौजी खेतरां विच यूरोपी एकता दी लहर दे सिद्धांत सूत्र जीन मोनेट द्वारा ही यूरोपी आर्थिक भाईचारे दी नींह रखी गई सी। नंबर सी शुमान दी योजना, यूरोपियन कोल एंड स्टील कम्युनिटी, यानी के यूरोपी कोल अते स्टील दा भाईचारा। शुमान दी योजना दे तहत यूरोपी कोल अते स्टील दे भाईचारा यूरोपियन कोल एंड स्टील कम्युनिटी ECSC जो कि 1951 दी मशहूर पेरिस संधि द्वारा 1952 नू स्थापित कीता गया सी, यूरोपी एकता दे इतिहास विच एक मील पत्थर सी। इस दे मुढले 6 मेंबरां विच बेल्जियम, फ्रांस, पश्चिमी जर्मनी, इटली, लग्जमबर्ग अते नीदरलैंड शामिल सन। इस भाईचारे दे बुनियादी मंतव नू दसदिआं रॉबर्ट शुमान ने आख्या सी, जथेवंद अते सरगर्म यूरोप जो सभ्यता नू योगदान दे सकदा है उह पुर अमन संबंधां लई लाजमी है। फ्रांस ने अमन दे मंतव लई इस नू हमेशा अति जरूरी समझा है, क्योंकि जदों भी यूरोप विच एकता नहीं रही सानू जंगां दा सामना करना पिया है। यह भी आख्या गया सी कि एकतावाद यूरोप यूनाइटेड यूरोप एक बार अते एक ही चौकटे विच प्राप्त नहीं कीता जावेगा अते ना ही प्राप्त हो सकता है। कुदरती ही इस संदर्भ विच इस कंटेक्स्ट विच पहला कार्य बरतानिया दा सहयोग प्राप्त करना अते सदियां पुराने फ्रांसीसी जर्मन मतभेद यानी कि फ्रांसीसी एंड जर्मनी कन्फ्लिक्ट्स नू खत्म करना सी। इन्ना मतभेदा यानी कि कन्फ्लिक्ट्स नू खत्म करन लई सांझी उच्च कमेटी बना दित्ती गई। पर दूसरे पासे बरतानिया ने 6 यूरोपियन देशां दी इस यूरोपियन कार्रवाई विच हिस्सा लैण तो इनकार कर दिता। फिर भी यूरोपी भाईचारा स्थापित करन दी शुरुआत हो चुकी सी। यूरोपी कोल अते स्टील दे इस संगठन नू 6 मुल्कां वल्लों पूरी मदद मिलन करके अते जुलाई 1952 विच इस दे अमल विच आ जान करके ए बिल्कुल ही क्लियर हो गया कि यूरोपियन अखंडता, यूरोपियन इंटीग्रिटी राजसी विचारां दे आधार नालों आर्थिक व्यवहारिक आधार इकोनॉमिक प्रैक्टिकल बेसिस ते उसारनी वधेरे संभव है। इस विचार दी सफलता करके ही यूरोपी देश होरना खेतरां विच यूरोपी एकता नू वधाउण अते प्रोत्साहित करन लई प्रेरित होए सन। इसे योजना तहत मई 1952 विच बेनेलक्स देश जिदे विच के बेल्जियम, नीदरलैंड अते लग्जमबर्ग दा आर्थिक संघ शामिल कीता जांदा है ने दे देशां ने यूरोपियन कोल अते स्टील भाईचारे दे बाकी 3 मुल्कां नू ट्रांसपोर्ट, बिजली अते एटमी ऊर्जा आदि दे खेतरां विच यूरोपी एकता वधाउण लई आर्थिक यूनियन दी स्थापना करन दी तजवीज रखदा एक मेमोरेंडम पेश कीता।
इस दे विच नेक्स्ट आ जाता है पॉइंट डी, यूरोपियन इकोनॉमिक कम्युनिटी ईईसी एंड यूराटॉम, यूरोपियन एटॉमिक कम्युनिटी। स्पॉक कमेटी ने 1956 दे स्टार्ट विच अपनी रिपोर्ट पेश कीती जिस उपर वेनिस विच विचार वटांदरा कीता गया। अंत ते 6 मुल्कां ने 2 मार्च 1957 नूं रोम दी संधि उपर दस्तखत कीते। इस संधि ने यूरोपियन कोल अते स्टील दे भाईचारे नूं होर मजबूत करन तों इलावा एक नवी तजवीज यानी कि यूरोपियन आर्थिक भाईचारा, यूरोपियन इकोनॉमिक कम्युनिटी ईईसी अते यूरोपी एटमी भाईचारा, यूरोपियन एटॉमिक कम्युनिटी यूराटॉम नूं जन्म दिता। यूराटॉम दी स्थापना सब तो महत्वपूर्ण साबित हुई क्योंकि इस विच परमाणु ऊर्जा नूं शांतिपूर्ण उद्देशां पीसफुल पर्पस लई अते विकास यानी कि डिवेलपमेंट पर्पस लई वर्तना शामिल सी। इस संदर्भ विच यह गल नोट करन वाली है कि वर्तानिया ने यह भाईचारा बनाउण विरुद्ध सीधे तौर ते विरोध कीता सी। यूरोपी आर्थिक भाईचारे दी सफलता इस तथ तो स्पष्ट हुंदी है कि खुद वर्तानिया जो कि इसका शुरू तो विरोध करता सी अते जिसनू इसकी सक्सेस बारे संदेह सी मेंबरशिप लैण लई अंत ते उसने अर्जी दित्ती। ब्रिटानिया नूं मेंबर बनाउण दा फ्रांस ने तद तक विरोध कीता जद तक 1969 विच डी गोले नूं फ्रांस दी सत्ता तों यानी कि प्रेजिडेंटशिप तों वख नहीं होना पिया। नेक्स्ट पॉइंट ई यूरोपी भाईचारा, यूरोपियन कम्युनिटी जिसनूं कि ईसी भी कहा जांदा सी। जुलाई 1967 विच 3 यूरोपी संस्थावां ईसीएसई यूरोपियन कोल एंड स्टील कम्युनिटी, ईईसी यूरोपियन इकोनॉमिक कम्युनिटी अते यूराटॉम यूरोपियन एटॉमिक कम्युनिटी नूं इंटीग्रेटेड यानी कि इकट्ठा करके यूरोपी भाईचारा यूरोपियन कम्युनिटी ईसी दे अधीन कर दिता गया। इस चीज नूं वेखना औखा नहीं कि यूरोपी आर्थिक भाईचारे विच बरतानिया नूं दखल करन दा फ्रांस विरोध क्यों करदा रहा सी। आर्थिक भाईचारे दी बरतानिया तों बगैर ही तिखी उन्नति ने फ्रांस विच राजसी अते आर्थिक स्थिरता पॉलिटिकल एंड इकोनॉमिक स्टेबिलिटी पैदा कर दित्ती सी। सफल एटमी तजर्बियां ब्रिटानिया दी मदद तो बिना अते फ्रांसीसी बस्तियां विच राजसी ते आर्थिक प्रॉब्लम्स दे सफल समाधान कारण फ्रांस नूं पछमी यूरप दी अगवाई कर सकन दे अपने भविख विच भारी विश्वास पैदा कर दिता सी। सो ब्रिटानिया दा विरोध करना फ्रांस वल्लों स्वाभाविक ही सी। ब्रिटानिया यूरोपी आर्थिक भाईचारे दा मेंबर इस लई बनिया सी क्योंकि 1960 दे दहाके दे दौरान उस नूं भारी आर्थिक समस्या दा सामना करना पिया सी। इस तो छुट एक गल होर भी पॉजिटिव इंप्लीकेशन ए हुई कि फ्रांस अते जर्मनी विच लीडरशिप दा पैटर्न बदल चुका सी। फ्रांस दी सत्ता तो डी गोले नूं अलग कीता जा चुका सी अते बरतानिया विच एडवर्ड हीथ प्रधानमंत्री बन गया सी क्योंकि जो कि खुद ही यूरोपी एकता दी लहर दा मदई सी। इस सारी घटनाक्रम दे नतीजे वजों ब्रिटेन, डेनमार्क अते आयरलैंड नूं यूरोपी भाईचारे दे मेंबर वजों 1973 विच दाखला दे दिता गया। नेक्स्ट पॉइंट एफ, सिंगल यूरोपियन एक्ट SEA 1987। 1980 दे दहाके दौरान यूरोपियन कौंसल द्वारा एक महत्वपूर्ण मता पेश कीता गया जिसका मेन मकसद ए सी कि अकैरी मार्केट पूरे यूरोप लई एक सिंगल मार्केट बनाउणा अते व्यापार बंदशां घटाउणा यानी कि ट्रेड जो टैरिफ्स ते जो ड्यूटीज सीगियां ते जो कंस्ट्रेंट सीगे उन्हां नूं घटाउणा अते इस सारे दे उद्देश वजों यूरोपियन कौंसल द्वारा 1987 विच सिंगल यूरोपियन एक्ट पास कीता गया। इस संधि द्वारा एक होर महत्वपूर्ण काम राजनीतिक खेत्र विच कीता गया कि यूरोपी राजनीतिक सहयोग यानी कि यूरोपियन पॉलिटिकल कोऑपरेशन जिसनों के EPC भी कहा जाता है नू लागू करके कीता गया।
नेक्स्ट पॉइंट जी, यूरोपीय संघ की स्थापना, एस्टेब्लिशमेंट ऑफ यूरोपियन यूनियन, मास्ट्रिश्ट ट्रीटी 1992। शीत युद्ध के खात्मे तो बाद अते पूर्वी यूरोप विच सामवाद यानी कि कॉम्युनिज्म के खात्मे तो बाद यूरोपी एकीकरण लई रस्ता अते घेरा स्कोप एंड पेरेफरी बहुत विशाल हो गया अते हालात भी अनुकूल हो गए क्योंकि बहुते केंद्रीय पूर्वी यूरोपी राज सेंट्रल ईस्टर्न यूरोपियन स्टेट्स यूरोपियन यूनियन के मैंबर बनने की इच्छा प्रकट करन लगे। सब तो महत्वपूर्ण घटना यह हुई कि बर्लिन की दीवार नूं तोड़ दिता गया अते जर्मनी का एकीकरण यानी कि यूनिफिकेशन 1999 विच हो गया। 7 फरवरी 1992 नूं हालैंड दे शहर मास्ट्रिश्ट विखे एक संधि साइन कीती गई जिस द्वारा 1 नवंबर 1993 तों यूरोपी संघ यूरोपियन यूनियन होंद विच आई। इस संधि द्वारा इकोनॉमिक एंड मॉनेटरी यूनियन जिसनूं के ईएमयू भी कहा जांदा है दी स्थापना कीती गई जिसका के काम एक सिंगल करंसी अते जो के चाहे एक दहाके बाद लागू हुई अते व्यापार ते वंदशां नूं घट तो घट करना अते एक सिंगल मार्केट नूं बनाउणा इसका मुख उद्देश सी। इस तो अलावा इस संधि द्वारा संघ दे तीन ध्रुवी ढांचे दी स्थापना भी कीती गई। ए तीन पिलर हन दी इकोनॉमिक एंड सोशल पॉलिसी ईएसपी, नेक्स्ट एक कॉमन फॉरेन एंड सिक्योरिटी पॉलिसी सीएफएसपी अते जस्टिस एंड होम अफेयर्स पिलर जेएचए। सब तो खास तब्दीली ए कीती गई कि यूरोपियन इकोनॉमिक कम्युनिटी जिसनूं के ईईसी कहा जांदा सी जो कि रोम दी संधि विच द्वारा 1957 तो होंद विच सी नूं इकोनॉमिक कम्युनिटी ईसी दे विच परिवर्तित कर दिता गया पर यूरोपियन कोल एंड स्टील कम्युनिटी ईसीएससी अते यूराटॉम यूरोपियन एटॉमिक कम्युनिटी नूं उसे तरह ही रखा गया। इस संधि तो बाद यूरोपी संघ अपने पुराने आर्थिक ढांचे तक ही सीमित ना रह के राजनीतिक अते समाजिक सहयोग अते राजनीतिक समाजिक ते सभ्याचारक एकीकरण वल वध्या। नेक्स्ट पॉइंट एच, एनलार्जमेंट ऑफ यूरोपियन यूनियन यानी के यूरोपी संघ दा विस्तार। यूरोपियन यूनियन दा विस्तार ट्रीटी ऑफ ब्रुसेल्स द्वारा 2 जनवरी 1972 नूं शुरू होया। इस संधि राही 1 जनवरी 1973 नूं डेनमार्क इंग्लैंड अते आयरलैंड ने संघ विच प्रवेश कीता। 1 जनवरी 1981 नूं ग्रीस ने प्रवेश कीता। इस तों बाद मैड्रिड संधि द्वारा पुर्तगाल अते स्पेन ने 1 जनवरी 1986 नूं यूरोपियन यूनियन विच एंट्री पाई। 1 जनवरी 1995 नूं ऑस्ट्रिया फिनलैंड अते स्वीडन ने यूरोपी संघ दी मेंबरशिप लई। सब तो महत्वपूर्ण इवेंट जो कि 1 मई 2004 नूं सिरे चढ़िया उस दे विच 10 नवे देश जो कि सेंट्रल ईस्टर्न यूरोपियन स्टेट्स कहे जांदे हन जो कि 1990 तक सोवियत संघ दे प्रभाव हेठ सन जिवें कि लातविया लिथुआनिया एस्टोनिया पोलैंड हंगरी चेक रिपब्लिक सलोवाकिया सलोवीनिया माल्टा अते सिप्रस। इन्हां ने 1 जनवरी 2004 नूं यूरोपियन यूनियन विच प्रवेश कीता। बुल्गारिया अते रोमानिया भी 1 जनवरी 2007 तों यूरोपी संघ दे पूर्ण मैंबर बन गए हन। हुण तक यूरोपियन यूनियन दे पूर्ण मैंबरां दी गिनती 27 हो चुकी है अते कई होर देश जिवें कि तुर्की आदि इस दे मैंबर बनने दे काफी इच्छुक हन। नेक्स्ट आई सांझी करंसी यूरो। इकोनॉमिक एंड मॉनेटरी यूनियन ईएमयू द्वारा इको मुद्रा लागू करने दा फैसला शुरू तो ही विवादां विच घिरिया रहा। 1 जनवरी 2002 तों यूरो नोट्स अते यूरो करंसी मार्केट विच आ गई अते हुण तक 12 यूरोपी राज्यां जिन्हां विच जर्मनी इटली फ्रांस आदि शामिल हन विच सांझी करंसी लागू हो चुकी है। कुछ देश जिवें कि यूनाइटेड किंगडम डेनमार्क आदि ने यूरो जोन तों बाहर रहण दा फैसला कीता। इंग्लैंड ने
ਹੁਣ ਵੀ ਆਪਣੀ ਕਰੰਸੀ ਪੌਂਡ ਹੀ ਰੱਖੀ ਹੈ। ਨੈਕਸਟ ਸਾਂਝੇ ਸੰਵਿਧਾਨ ਲਈ ਸੰਧੀ 2004 ਟ੍ਰੀਟੀ ਆਫ ਕਾਮਨ ਕਨਸਟੀਟਿਊਸ਼ਨ ਫਾਰ ਯੂਰਪ TCE 2004 ਵਿੱਚ ਯੂਰਪੀਅਨ ਯੂਨੀਅਨ ਨੇ ਆਪਣੇ ਸਭ ਤੋਂ ਮਹੱਤਵਪੂਰਨ ਕਦਮ ਚੁੱਕਿਆ ਅਤੇ ਇਸ ਸੰਧੀ ਦੁਆਰਾ ਪੂਰੇ ਯੂਰਪ ਲਈ ਯਾਨੀ ਕਿ ਪੂਰੇ ਯੂਰਪੀ ਸੰਘ ਲਈ ਇੱਕ ਸਾਂਝੇ ਸੰਵਿਧਾਨ ਬਣਾਉਣ ਦੀ ਗੱਲ ਸ਼ੁਰੂ ਕੀਤੀ। ਪਰ ਕੁਝ ਮੈਂਬਰ ਦੇਸ਼ਾਂ ਜਿਵੇਂ ਕਿ ਫਰਾਂਸ ਅਤੇ ਹਾਲੈਂਡ ਦੇ ਵੋਟਰਾਂ ਨੇ ਜਨਮਤ ਸੰਗ੍ਰਹਿ ਯਾਨੀ ਕਿ ਰੈਫਰੈਂਡਮ ਦੁਆਰਾ ਇਸ ਨੂੰ ਰੱਦ ਕਰ ਦਿੱਤਾ। ਇਹ ਸੰਧੀ ਫਿਲਹਾਲ ਅਨਿਸ਼ਚਿਤਤਾ ਦੇ ਘੇਰੇ ਵਿੱਚ ਹੈ। ਨੰਬਰ 4 ਯੂਰਪੀਅਨ ਯੂਨੀਅਨ ਇੰਸਟੀਟਿਊਸ਼ਨਸ ਐਂਡ ਬੋਡੀਜ਼। ਯੂਰਪੀ ਸੰਘ ਦੇ ਕੰਮ ਕਾਜ ਨੂੰ ਕਰਨ ਵਾਸਤੇ 1 ਦਰਜਨ ਦੇ ਕਰੀਬ ਸੰਸਥਾਵਾਂ ਇੰਸਟੀਟਿਊਸ਼ਨ ਦੀ ਸਥਾਪਨਾ ਕੀਤੀ ਗਈ ਹੈ, ਪਰ ਮੁੱਖ ਰੂਪ ਵਿੱਚ ਇਹ ਹਨ। ਨੰਬਰ 1 ਯੂਰਪੀ ਸੰਸਦ ਯਾਨੀ ਕਿ ਯੂਰਪੀਅਨ ਪਾਰਲੀਮੈਂਟ, ਜਿਸ ਦੇ ਕਿ ਮੌਜੂਦਾ ਸਮੇਂ ਵਿੱਚ 732 ਮੈਂਬਰ ਹਨ, ਜੋ ਕਿ ਮੈਕਸੀਮਮ 750 ਤੱਕ ਹੀ ਵਧਾਏ ਜਾ ਸਕਦੇ ਹਨ, ਜੋ ਕਿ ਯੂਰਪੀ ਲੋਕਾਂ ਦੁਆਰਾ 1979 ਤੋਂ ਪ੍ਰਤੱਖ ਰੂਪ ਵਿੱਚ ਯਾਨੀ ਕਿ ਡਾਇਰੈਕਟ ਡੈਮੋਕ੍ਰੇਟਿਕ ਮੀਨਸ ਦੁਆਰਾ ਚੁਣੇ ਜਾਂਦੇ ਹਨ ਅਤੇ ਇਹਨਾਂ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ, ਕਿਉਂਕਿ ਇਹ ਇੱਕ ਪ੍ਰਧਾਨ ਪਾਲਿਕਾ ਦਾ ਹੀ ਕੰਮ ਕਰਦੇ ਹਨ। ਇਸ ਦੀ ਸੀਟ ਸਟੈਟਸਬਰਗ ਵਿਖੇ ਹੈ, ਜਿੱਥੇ ਕਿ ਇਸ ਦੇ ਸੈਸ਼ਨ ਕਰਵਾਏ ਜਾਂਦੇ ਹਨ। ਨੰਬਰ 2 ਦੀ ਕੌਂਸਲ ਆਫ ਦੀ ਯੂਰਪੀਅਨ ਯੂਨੀਅਨ। ਇਸ ਦੇ ਮੈਂਬਰਾਂ ਦੀ ਗਿਣਤੀ 25 ਹੈ, ਜੋ ਕਿ ਕਾਰਜਪਾਲਿਕਾ ਐਗਜੈਕਟਿਵ ਦਾ ਕੰਮ ਕਰਦੇ ਹਨ ਯਾਨੀ ਕਿ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਨੂੰ ਲਾਗੂ ਕਰਦੇ ਹਨ ਅਤੇ ਸਾਰੇ ਮੈਂਬਰ ਦੇਸ਼ਾਂ ਤੋਂ ਲਾਗੂ ਕਰਵਾਉਂਦੇ ਹਨ। ਇਸ